ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਤੋਂ ਬਾਅਦ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਤੋਂ ਵਤਨ ਪਰਤਿਆ। ਪਾਕਿਸਤਾਨ 'ਚ ਕਈ ਇਤਿਹਾਸਿਕ ਗੁਰਧਾਮਾਂ ਦੇ ਦਰਸ਼ਨ ਕਰਨ ਤੋਂ ਬਾਅਦ ਸ਼ਰਧਾਲੂਆਂ ਦਾ ਇਹ ਜਥਾ ਵਿਸ਼ੇਸ਼ ਟ੍ਰੇਨ ਜ਼ਰੀਏ ਅਟਾਰੀ ਸਟੇਸ਼ਨ 'ਤੇ ਪਹੁੰਚਿਆ। ਦੱਸ ਦਈਏ ਕਿ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਦੇ ਲਈ ਐਸਜੀਪੀਸੀ ਮੈਂਬਰ ਗੁਰਮੀਤ ਸਿੰਘ ਦੀ ਅਗਵਾਈ 'ਚ 224 ਸ਼ਰਧਾਲੂ ਪਾਕਿਸਤਾਨ ਲਈ ਰਵਾਨਾ ਹੋਏ ਸਨ। ਮਹਾਰਾਜਾ ਰਣਜੀਤ ਸਿੰਘ ਜੀ ਦੇ ਬਰਸੀ ਮਨਾਉਣ ਲਈ ਪਾਕਿਸਤਾਨ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਵਿਸ਼ੇਸ਼ ਰੇਲ ਗੱਡੀ ਰਾਹੀਂ ਵਾਪਸ ਆ ਗਿਆ ਹੈ। ਤੁਸੀਂ ਦੇਖ ਸਕਦੇ ਹੋ ਵਿਸ਼ੇਸ਼ ਰੇਲ ਗੱਡੀ ਜੋ ਪਾਕਿਸਤਾਨ ਤੋਂ ਸਪੈਸ਼ਲ ਸ਼ਰਧਾਲੂਆਂ ਨੂੰ ਲੈ ਕੇ ਅਟਾਰੀ ਰੇਲਵੇ ਸਟੇਸ਼ਨ 'ਤੇ ਪਹੁੰਚੀ ਹੈ। ਇਸ ਰੇਲਵੇ ਸਟੇਸ਼ਨ 'ਤੇ ਇਹਨਾਂ ਦਾ ਚੈਕਿੰਗ ਹੋਏਗੀ ਔਰ ਇਹਨਾਂ ਨੂੰ ਰਵਾਨਾ ਕੀਤਾ ਜਾਏਗਾ। ਤੁਸੀਂ ਦੇਖ ਸਕਦੇ ਹੋ ਇਸ ਰੇਲ ਗੱਡੀ ਦੇ ਵਿੱਚ ਖਾਸ ਕਰਕੇ ਬੀਬੀਆਂ ਸ਼ਰਧਾਲੂ ਜਿਹੜੇ ਸਨ ਔਰ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੀਫ ਸੈਕਟਰੀ ਡਾਕਟਰ ਰੂਪ ਸਿੰਘ ਵੀ ਇਸ ਰੇਲ ਗੱਡੀ ਦੇ ਵਿੱਚ ਮੌਜੂਦ ਹਨ ਜੋ ਕਿ ਗੁਰਧਾਮਾਂ ਦੇ ਦਰਸ਼ਨ ਕਰਕੇ ਵਾਪਸ ਇੱਥੇ ਪਹੁੰਚੇ ਨੇ। ਜਿਨ੍ਹਾਂ 'ਚ ਐਸਜੀਪੀਸੀ ਦੇ ਚੀਫ ਸੈਕਟਰੀ ਡਾਕਟਰ ਰੂਪ ਸਿੰਘ ਵੀ ਸ਼ਾਮਲ ਸਨ। ਇਤਿਹਾਸਿਕ ਤੇ ਹੋਰ ਗੁਰਧਾਮਾਂ ਦੇ ਦਰਸ਼ਨ ਕਰ ਵਤਨ ਪਰਤੀਆਂ ਸੰਗਤਾਂ ਆਪਣੇ ਆਪ ਨੂੰ ਬੇਹੱਦ ਵਡਭਾਗਾ ਮਹਿਸੂਸ ਕਰ ਰਹੀਆਂ ਨੇ। ਵਧੀਆ ਲੱਗਾ ਜੀ, ਚੰਗਾ ਲੱਗਾ ਜੀ, ਵਧੀਆ ਸਾਰੇ ਦਰਸ਼ਨ ਮੇਲੇ ਚੰਗੇ ਕਰਾਏ ਨੇ, ਚੰਗਾ ਲੱਗਦੇ ਨੇ ਜੀ। ਸਾਨੂੰ ਸਾਰਿਆਂ ਨੂੰ ਦੁੱਖ ਹੁੰਦਾ ਜਿਹੜਾ ਬੀਜੇ ਨਹੀਂ ਲੱਗਦੇ, ਉਹ ਵਿਚਾਰੇ ਰੋਕ ਚਲੇ ਜਾਂਦੇ ਨੇ। ਖੁੱਲ੍ਹੇ ਦਰਸ਼ਨ ਮੇਲੇ ਹੋਣੇ ਚਾਹੀਦੇ ਨੇ। ਜੈ ਜੀ, ਬਹੁਤ ਵਧੀਆ, ਬਹੁਤ ਕਿਰਪਾ ਬਾਪੂ ਨਾਨਕ ਦੀ, ਕੋਈ ਐਸੀ ਗੱਲ ਨਹੀਂ। ਉੱਥੇ ਬਹੁਤ ਚੰਗੀ ਤਰ੍ਹਾਂ ਰਹੇ ਹਾਂ, ਜਿਵੇਂ ਆਪਣੇ ਘਰ ਦੇ ਵਿੱਚ ਹਾਂ। ਲੰਗਰ ਪਾਣੀ ਵਾਧੂ, ਕੋਈ ਕਿਸੇ ਤਰ੍ਹਾਂ ਦਾ ਦਿੱਕਤ ਨਹੀਂ ਆਈ। ਬਸ ਇਹ ਦਿੱਕਤ ਹੈ ਕਿ ਜਿਹੜਾ ਬੀਜੇ ਨਹੀਂ ਲੱਗਦੇ, ਇਹ ਨਹੀਂ ਪਤਾ ਪਾਕਿਸਤਾਨ ਨਹੀਂ ਬੀਜੇ ਦਿੰਦਾ, ਇਹ ਨਹੀਂ ਪਤਾ ਪੰਜਾਬ ਵਾਲੇ ਨਹੀਂ ਲਵਾਉਂਦੇ, ਇਹ ਤਾਂ ਇਹਨਾਂ ਨੂੰ ਪਤਾ ਜੀ ਸਰਕਾਰਾਂ ਨੂੰ। ਆਮ ਤਾਂ ਜੀ ਉਹ ਤਾਂ ਹੁਣ ਤੁਹਾਡੇ ਵਰਗੇ ਮੁਲਾਜ਼ਮ ਨੇ ਜੱਫੀਆਂ ਪਾਉਂਦੇ ਨੇ, ਬੋਲੋ ਬਾਬਾ ਜੀ ਸਰਦਾਰ ਜੀ ਕੀ ਖਾਓਗੇ, ਕੀ ਚੰਗਾ ਸਮਝਦੇ ਜੀ? ਅਸੀਂ ਤੁਹਾਨੂੰ ਠੰਡਾ ਪਿਆਉਣੇ, ਅਸੀਂ ਤੁਹਾਨੂੰ ਚਾਹ ਪਿਆਉਣੇ, ਜਿਹੜੀ ਚੀਜ਼ ਅੱਛੀ ਸਮਝਦੇ ਅਸੀਂ ਤੁਹਾਨੂੰ ਉਹ ਖਵਾਉਂਦੇ ਹਾਂ। ਗਰੀਬ ਜਨਤਾ ਦਾ ਤਾਂ ਕੋਈ ਲੜਾਈ ਵੈਰ ਨਹੀਂ ਜੀ, ਇਹ ਤਾਂ ਸਰਕਾਰਾਂ ਦਾ ਆਪਸੇ 'ਚ ਹੈਗਾ, ਇਹ ਤਾਂ ਇਹਨਾਂ ਨੂੰ ਪਤਾ। ਇੱਥੇ ਨਾ ਇਹ ਤਿਆਰੀ ਬਾਅਦ ਕਰਤਾਰਪੁਰ ਦਾ ਹੀ ਹੈ ਜੀ, ਹੋਰ ਤਾਂ ਜੇ ਇੱਧਰ ਹੈ ਕੋਈ ਨਹੀਂ ਤਿਆਰੀ 'ਚ। ਉੱਥੋਂ ਦੇ ਰਸਤੇ ਰੁਸਤੇ ਬਣ ਰਹੇ ਨੇ, ਕਰਤਾਰਪੁਰੋਂ ਲੈ ਕੇ ਨਹੀਂ ਗਿਆ ਮੈਂ, ਉੱਥੇ ਪਾਠਾ ਡੋਈ ਹੈ, ਬੱਸਾਂ ਜਾਂਦੀਆਂ ਨਹੀਂ, ਉੱਥੇ ਨਹੀਂ ਜਾਵਾਂਗੇ ਬੱਸਾਂ ਲੈ ਕੇ। ਰੋੜੀ ਸਾਹਿਬ ਤੱਕ ਗਏ ਨੇ, ਮੈਂ ਉੱਥੋਂ ਤੱਕ ਘੁੰਮੇ ਹਾਂ। ਪੰਜਾ ਸਾਹਿਬ ਜਾਏ, ਨਨਕਾਣਾ ਸਾਹਿਬ, ਡੇਰਾ ਸਾਹਿਬ, ਸੱਚਾ ਸੌਦਾ, ਬਾਕੀ ਹੋਰ ਜਿਹੜੇ ਸ਼ਹਿਰ ਦੇ ਵਿੱਚ ਛੋਟੇ ਮੋਟੇ ਪੰਜ ਚਾਰ ਗੁਰਦੁਆਰੇ ਨੇ, ਉੱਥੇ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ 27 ਤਰੀਕ ਨੂੰ ਇੱਥੋਂ ਯਾਤਰਾ 'ਤੇ ਗਏ ਸੀ ਪਾਕਿਸਤਾਨ ਗੁਰਦੁਆਰਾ ਸਾਹਿਬ ਇਹਨਾਂ ਦੇ, ਔਰ ਡੇਰਾ ਸਾਹਿਬ, ਗੁਰਦੁਆਰਾ ਪੰਜਾਬ ਸਾਹਿਬ ਅਤੇ ਨਨਕਾਣਾ ਸਾਹਿਬ ਦਰਸ਼ਨ ਕਰਕੇ ਆਏ ਜੀ। ਬਹੁਤ ਵਧੀਆ ਯਾਤਰਾ ਰਹੀ ਔਰ ਬੜਾ ਸਹਿਯੋਗ ਦਿੱਤਾ ਉੱਥੋਂ ਦੇ ਵਸਨੀਕਾਂ ਨੇ, ਬੜਾ ਪਿਆਰ ਦਿੱਤਾ ਔਰ ਬਹੁਤ ਵਧੀਆ ਉਹਨਾਂ ਦੇ ਇੰਤਜ਼ਾਮ ਸੀ। ਅਸੀਂ ਧੰਨਵਾਦ ਕਰਦੇ ਹਾਂ ਸਾਡੀ ਸਰਕਾਰ ਦਾ ਜਿਨ੍ਹਾਂ ਨੇ ਸਾਨੂੰ ਬੀਜੇ ਦਿੱਤੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਹੈ ਅਤੇ ਉੱਥੋਂ ਦੀਆਂ ਸੰਗਤਾਂ ਦਾ ਧੰਨਵਾਦ ਹੈ। ਬਹੁਤ ਖੁਸ਼ ਹਾਂ ਅਸੀਂ, ਜ਼ਿੰਦਗੀ 'ਚ ਕੁਛ ਨਹੀਂ ਦੇਖਿਆ ਜਿਹੜਾ ਪਹਿਲੀ ਵਾਰ ਦੇਖ ਲਿਆ ਜੀ। ਬਸ ਸਾਡੀ ਤਾਂ ਇਹੀ ਅਰਦਾਸ ਹੈ ਪਰਮਾਤਮਾ, ਇਹ ਸੱਚੇ ਪਾਤਸ਼ਾਹ ਤੂੰ ਸਭ ਨੂੰ ਇਹੀ ਸਭ ਕੁਛ ਸਿਖਾਈ ਜਿਹਾ ਜਿਹਾ ਅਸੀਂ ਦੇਖ ਕੇ ਆ। ਬਹੁਤ ਵਧੀਆ ਇਹ, ਪਰ ਐਂ ਵੀ ਵਿਛੋੜਾ ਇਹ ਇੱਕ ਹੋ ਜਾਵੇ ਤਾਂ ਅਸੀਂ ਇਹੀ ਸੋਚਦੇ ਹਾਂ ਵੀ ਮਹਾਰਾਜ ਕਿਰਪਾ ਕਰੇ ਵੀ ਸਾਰਿਆਂ ਨੂੰ ਇੱਕ ਕਰ ਦੇ, ਬਸ ਇਹ ਹੈ ਸਾਡੀ ਦੁਆ। ਬਾਈ ਜੀ ਅਸੀਂ ਯਾਤਰਾ ਕਰਕੇ ਆਏ ਹਾਂ, ਸਾਨੂੰ ਪਾਕਿਸਤਾਨ ਸਰਕਾਰ ਨੇ ਬਹੁਤ ਸਹਿਯੋਗ ਦਿੱਤਾ, ਬਹੁਤ ਵੱਧ ਤੋਂ ਵੱਧ, ਛੋਟੇ ਬੱਚੇ ਤੋਂ ਲੈ ਕੇ ਵੱਡੇ ਬੱਚੇ ਤੋਂ ਸਾਨੂੰ ਬਹੁਤ ਸਹਿਯੋਗ ਦਿੱਤਾ। ਸੱਚੇ ਪਾਤਸ਼ਾਹ ਐਵੇਂ ਏਕਤਾ ਵਰਤੀ ਰੱਖੀ, ਨਾਮ ਲੈਣ ਬਖਸ਼ੇ, ਚੜ੍ਹਦੀ ਕਲਾ 'ਚ ਰੱਖੀ, ਸੁਖੀ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਥ ਤੋਂ ਵਿਛੜ ਚੁੱਕੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰ ਅੱਜ ਇਹ ਸਿੱਖ ਸ਼ਰਧਾਲੂਆਂ ਦਾ ਜਥਾ ਵਤਨ ਪਰਤਿਆ ਹੈ ਅਟਾਰੀ ਸਟੇਸ਼ਨ 'ਤੇ, ਜਿਸ ਦਾ ਨਿੱਘਾ ਸਵਾਗਤ ਕੀਤਾ ਗਿਆ ਹੈ ਔਰ ਵਿਸ਼ੇਸ਼ ਰੇਲ ਗੱਡੀ ਦੇ ਨਾਲ ਇਹ ਜਥਾ ਇੱਥੇ ਗਿਆ ਹੈ। ਖਾਸ ਤੌਰ 'ਤੇ ਇਸ ਰੇਲ ਗੱਡੀ ਇਸ ਜਥੇ ਦੇ ਨਾਲ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੀਫ ਸਕੱਤਰ ਡਾਕਟਰ ਰੂਪ ਸਿੰਘ। 550 ਸਾਲਾ ਜਿਹੜੇ ਪ੍ਰੋਗਰਾਮ ਉਲੀਕੇ ਜਾ ਰਹੇ ਨੇ ਉਹਨਾਂ ਦੀ ਗੱਲਬਾਤ ਕਰਕੇ ਵੀ ਪਾਕਿਸਤਾਨ ਸਰਕਾਰ ਦੇ ਨਾਲ ਆਏ ਨੇ। ਕੈਮਰਾ ਪਰਸਨ ਵਿਪਨ ਕੁਮਾਰ ਦੇ ਨਾਲ ਜੋਤੀ ਬਹਿਲ, ਦੈਨਿਕ ਸਵੇਰਾ ਟੀਵੀ, ਅਟਾਰੀ।